ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕੁਮ ਦੋਸਤੋ ਅੱਜ ਤੁਹਾਨੂੰ ਦੱਸਾਂਗਾ ਕਿ ਆਰ ਪੀਸ਼ੀ ਤੁਸੀਂ ਕਿੱਦਾਂ ਕੰਪਲੀਟ ਕਰ ਸਕਦੇ ਜੇ ਲੇਕਿਨ ਉਸ ਤੋਂ ਪਹਿਲਾਂ ਦੋਸਤੋ ਚੈਨਲ ਤੇ ਨਵੇਂ ਤੇ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਵੀ ਜੇ ਨਹੀਂ ਕੀਤਾ ਤੁਸੀਂ ਲਾਈਕ ਤੇ ਜਾ ਕੇ ਜਲਦੀ ਜਾਓ ਵੀਡੀਓ ਨੂੰ ਕਰ ਲਓ ਲਾਈਕ ਕਿਉਂਕਿ ਇੱਥੇ ਜਿੰਨਾ ਕੁਸ਼ ਵੀ ਦੱਸਦੇ ਨੇ ਜਲਦੀ ਸਾ ਤੋਂ ਪਹਿਲਾਂ 10-10 ਦਿਨ ਨੇ ਕਿ ਕੀ ਕੀ ਪਬਜੀ ਚ ਹੋਣ ਵਾਲਾ ਆਵਾਦ ਹੈ ਕੀ ਕੀ ਜਾ ਕੇ ਹੋਏਗਾ ਇਹ ਸਾਰਾ ਕੁਸ਼ ਚਾ ਚੱਲਦਾ ਪਹਿਲਾਂ ਪਲਾਨ ਕਰ ਦਿੰਨਾ ਹੈ ਕਿ ਕੀ ਕੀ ਅਰਮਿਸ਼ਨ ਆਉਣ ਵਾਲੇ ਨੇ ਉਹ ਤੁਸੀਂ ਕਿੱਦਾਂ ਕੰਪਲੀਟ ਕਰ ਸਕਦੇ ਜੇ ਤੇ ਇੱਥੇ ਗੱਲ ਕੀਤੀ ਜਾਵੇ ਤੇ ਤੁਸੀਂ ਦੇਖ ਸਕਦੇ ਜੇ ਕਿ ਜਿੱਦਾਂ ਸਾਡਾ ਵੀਕ 1 ਤੇ ਵੀਕ 2 ਖੁੱਲ ਚੁੱਕਿਆ ਹੈ ਠੀਕ ਆ ਇਹ ਸਾਰਾ ਕਿੱਦਾਂ ਕੰਪਲੀਟ ਕਰ ਸਕਦੇ ਆ ਤੇ ਜੇ ਗੱਲ ਕੀਤੀ ਜਾਵੇ ਵੀਕ 1 ਦੀ ਹਸ ਤਾਂ ਦੇਖ ਸਕਦੇ ਆ ਵੀਕ 1 ਵਿੱਚ ਜਿਹੜਾ ਸਾਡਾ ਫਸਟ ਜਿਹੜਾ ਪਹਿਲਾ ਜਿਹੜਾ ਅ ਮਿਸ਼ਨ ਆ ਹੋਇਆ ਕਿ ਸਾ ਇਹ ਅਲਾਈਟ ਵਿਨ ਨੇ ਇਹ ਕਲਾਸਿਕ ਮੈਚ ਟੂ ਟਾਈਮ ਵਿਨਿੰਗ ਇਸ ਸਪੈਨਿਸ਼ ਹੈਲਮਟ ਲੈਵਲ 3 ਇਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਤੁਸੀਂ ਜਿਹੜਾ ਵਾ ਮਤਲਬ ਕਿ ਲੈਵਲ 3 ਦਾ ਹੈਲਮਟ ਪਾ ਕੇ ਜਿਹੜਾ ਉਹਨਾਂ ਤਿੰਨ ਵਾਰੀ ਲੈਵਲ 3 ਦਾ ਹੈਲਮਟ ਪਾ ਕੇ ਦੋ ਵਾਰੀ ਮੈਚ ਜਿੱਤਣਾ ਵਾ ਤੇ ਤੁਹਾਨੂੰ 100 ਇੰਦਾ ਜੇ ਪੁਆਇੰਟ ਉਹ ਮਿਲ ਜਾਏਗਾ ਠੀਕ ਆ ਅਗਰ ਤੁਸੀਂ ਕੰਪਲੀਟ ਨਹੀਂ ਕਰਨਾ ਚਾਹੁੰਦੇ ਤੇ ਇਥੋਂ ਜਿਹੜਾ ਆਹ ਕਾਰਡ ਯੂਜ਼ ਕਰਕੇ ਵੀ ਇਹਨੂੰ ਕੰਪਲੀਟ ਕਰ ਸਕਦੇ ਜੇ ਕੋਈ ਡਾ ਜਿਆਦਾ ਮੁਸ਼ਕਲ ਮਿਸ਼ਨ ਨਹੀਂ ਹੈ ਤੇ ਜੇ ਮੈਂ ਤੁਹਾਨੂੰ ਦੱਸ ਸਕਾਂ ਇਹਦੇ ਬਤਲਕ ਜੇ ਮਤਲਬ ਹੈਲਮਟ ਵਗੈਰਾ ਕਿੱਥੋਂ ਮਿਲੇਗਾ ਕਿ ਕੀ ਹੈ ਇੱਥੇ ਹਾਂ ਤੁਸੀਂ ਦੇਖ ਸਕਦੇ ਜੇ ਕਿ ਜਦਾਂ ਕਿ ਆਹ ਲੈਵਲ 3 ਤੇ ਹੈਲਮਟ ਸਾਰੇ ਖੁੱਲੇ ਹੋਏ ਨੇ ਆ ਦੇਖੋ ਠੀਕ ਆ ਇਦਾਂ ਤੁਸੀਂ ਦੇਖਿਆ ਜਿਹਾ ਲੈਵਲ 2 ਦੇ ਹੈਲਮਟ ਨੇ ਸਾਰੇ ਇਸੇ ਤਰ੍ਹਾਂ ਇਦਾਂ ਹੀ ਆੜੇ ਥੱਲੇ ਨੇ ਥੱਲੇ ਲੈਵਲ 3 ਦੇ ਹੈਲਮਟ ਨੇ ਇਹਨਾਂ ਨੂੰ ਤੁਸੀਂ ਯੂਜ਼ ਕਰਦੇ ਹੋ ਇਹਨਾਂ ਨੂੰ ਪਾ ਕੇ ਤੁਹਾਨੂੰ ਇਸਤਮਾਲ ਕਰਦੇ ਆ ਹੋਆ ਜੇ ਤੁਸੀਂ ਜਾ ਕੇ ਮਤਲਬ ਕਿ ਮਿਸ਼ਨ ਨੂੰ ਕੰਪਲੀਟ ਕਰ ਦਿਜੀਏ ਮਿਸ਼ਨ ਜਿਤਲੇ ਦੇ ਇਹ ਦੋ ਵਾਰੀ ਤੇ ਲੈਵਲ 3 ਦਾ ਹੈਲਮਟ ਪਾ ਕੇ ਤੇ ਤੁਸੀਂ ਸੌਖਾ ਮਤਲਬ ਕਿ 100 ਇਹ ਜਿਹੜਾ 100 RP ਪੁਆਇੰਟ ਹੋ ਹਾਸਲ ਕਰ ਲੋਗੇ ਕੋਈ ਜਦਾ ਮੁਸ਼ਕਲ ਮਿਸ਼ਨ ਨਹੀਂ ਹੈ ਲੇਕਿਨ ਸਭ ਤੋਂ ਜ਼ਰੂਰੀ ਜੋ ਇਸ ਨਾਲ ਜ਼ਰੂਰੀ ਗੱਲ ਇਹ ਆ ਕਿ ਇਹ ਸਿਰਫ ਉਹਨਾਂ ਲੋਕਾਂ ਨੂੰ ਮਿਲੇਗਾ ਜਿਨ੍ਹਾਂ ਲੋਕਾਂ ਨੇ ਰਾਇਲ ਪਾਸ ਖਰੀਦਿਆ ਹੋਇਆ ਹੈ ਅਗਰ ਤੁਸੀਂ ਰਾਇਲ ਪਾਸ ਨਹੀਂ ਖਰੀਦਿਆ ਹੋਇਆ ਤੇ ਇਹ ਤੁਹਾਡਾ ਮਿਸ਼ਨ ਮਤਲਬ ਕਿ ਨਹੀਂ ਕੰਪਲੀਟ ਹੋਏਗਾ ਤੁਹਾਨੂੰ ਇਹਦੇ ਨਹੀਂ ਮਿਲਣਗੇ ਆਰਪੀ ਪੁਆਇੰਟ ਮਿਸ਼ਨ ਕੰਪਲੀਟ ਹੋ ਜਾਏਗਾ ਲੇਕਿਨ ਤੁਹਾਨੂੰ ਇਹਦੇ ਆਰਪੀ ਪੁਆਇੰਟ ਬਿਲਕੁਲ ਵੀ ਨਹੀਂ ਮਿਲਣਗੇ ਤੇ ਵੀਡੀਓ ਅੱਛੀ ਲੱਗੀ ਹੋ ਤਾਂ ਵੀਡੀਓ ਕੋ ਲਾਈਕ ਕਰ ਦਿਓ ਵੀਡੀਓ ਔਰ ਪਬਜੀ ਦੇ ਸੰਬੰਧ ਵਿੱਚ ਹੋਰ ਚੀਜ਼ਾਂ ਜਾਣਨ ਲਈ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਇਹਦੇ ਸੰਬੰਧ ਵਿੱਚ ਜਿੰਨੀ ਨਿਊ ਅਪਡੇਟ ਆ ਆਨਾਲੀ ਹੁੰਦੀ ਹੈ ਸਭ ਤੋਂ ਪਹਿਲੇ ਚੈਨਲ ਪਰ ਅਪਲੋਡ ਕਰ ਦਿੰਨੇ ਆ ਤਾਂ ਕਿ ਤੁਹਾਨੂੰ ਦੱਸ ਸਕੀਏਗਾ ਕਿ ਕੀ ਕੀ ਹੋਣ ਵਾਲਾ ਹੈ ਤੇ ਕੀ ਕੀ ਅੱਗੇ ਜਾ ਕੇ ਹੋਏਗਾ